ਪਤਨੀ ਨਾਲ ਦਵਾਈ ਲੈਣ ਜਾ ਰਹੇ ਇੱਕ ਸ਼ਖਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਹਾਲਾਂਕਿ ਕਤਲ ਹੀ ਨਹੀਂ, ਪਹਿਲਾਂ ਤਾਂ ਉਸਨੂੰ ਰਸਤੇ ਦੇ ਵਿੱਚ ਰੋਕ ਕੇ ਘੇਰ ਲਿਆ ਜਾਂਦਾ ਹੈ। ਘੇਰਨ ਤੋਂ ਬਾਅਦ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਨਾਲ ਹੀ ਇੱਕ ਘਰ ਦੇ ਅੰਦਰ ਲਿਜਾ ਕੇ ਉਸਦੇ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਹੈ। ਹਾਲਾਂਕਿ ਜਦੋਂ ਉਹ ਜ਼ਖਮੀ ਹੋ ਜਾਂਦਾ ਹੈ ਤਾਂ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਜਾ ਕੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸਦੀ ਮੌਤ ਹੋ ਜਾਂਦੀ ਹੈ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਕਿ ਸ਼ਰੇਆਮ ਇੱਕ ਸ਼ਖਸ ਜੋ ਕਿ ਆਪਣੀ ਪਤਨੀ ਦੇ ਨਾਲ ਬਾਜ਼ਾਰ ਦੇ ਵਿੱਚ ਦਵਾਈ ਲੈਣ ਜਾ ਰਿਹਾ ਸੀ, ਉਸਨੂੰ ਘੇਰ ਕੇ 8 ਤੋਂ 10 ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ। ਹਾਲਾਂਕਿ ਉਸਨੂੰ ਘਸੀਟਦੇ ਹੋਏ ਇੱਕ ਘਰ ਦੇ ਅੰਦਰ ਲੈ ਜਾਂਦੇ ਹੈ, ਜਿੱਥੇ ਜਾ ਕੇ ਉਸਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ। ਹਾਲਾਂਕਿ ਹਮਲਾ ਕਰਨ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਜਦੋਂ ਤੱਕ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਦੋਂ ਤੱਕ ਉਸ ਸ਼ਖਸ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਾਤਲਾਂ ਦੀ ਭਾਲ ਦੇ ਵਿੱਚ ਛਾਪੇਮਾਰੀ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਅਤੇ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ। ਰਸਤੇ ਵਿੱਚ ਸੋਨੂ ਦੇ ਫਾਦਰ, ਉਹਨਾਂ ਦਾ ਬ੍ਰਦਰ ਕਰਨ ਮੱਲੀ, ਇਹਨਾਂ ਨੇ ਐਕਟਿਵਾ ਰੋਕੀ ਸਾਡੀ, ਰੋਕ ਦੇ ਸਾਰੇ ਹਮਲਾ ਕਰਤਾ। ਮੇਰੇ ਹਸਬੈਂਡ ਨੀਚੇ ਗਿਰ ਗਏ, ਸਾਰੇ ਜਣੇ ਇਹਨਾਂ ਨੂੰ ਪੈ ਗਏ ਇਹ ਆਪਣਾ ਬਚਾਅ ਕਰਨ ਲਈ। ਕਰਨ ਮੱਲੀ ਦੇ ਘਰ ਗਏ, ਉਹਦੀ ਵਾਈਫ ਨੇ ਵੀ ਗੇਟ ਬੰਦ ਕਰ ਲਿਆ ਧੱਕਾ ਮਾਰ ਕੇ। ਕਰਨ ਮੱਲੀ ਵੀ ਵਿੱਚ ਸੀ, ਸਾਰਿਆਂ ਨੇ ਮਾਰਿਆ ਸਰ, ਕਿਸੇ ਨੇ ਨਹੀਂ ਸੁਣੀ। ਬਹੁਤ ਜ਼ਿਆਦਾ ਮਾਰਿਆ ਸਰ, ਉਹਨਾਂ ਨੇ ਬਹੁਤ ਜ਼ਿਆਦਾ ਮਾਰਿਆ ਆ। ਤਾਂ ਮੈਨੂੰ ਮੇਰਾ ਅੰਕਿਤ ਚਾਹੀਦਾ ਆ, ਨਹੀਂ ਤਾਂ ਸੋਨੂੰ ਵੀ ਨਹੀਂ ਰਹੇਗਾ। ਬਸ ਮੈਂ ਤੁਹਾਨੂੰ ਕਹਿ ਦਿੰਦਾ ਭਰਾ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਨਜਾਇਜ਼ ਕੀਤੀ ਆਪਣੇ ਘਰ ਦੇ ਅੰਦਰ ਨਿਹੱਥੇ ਨੂੰ, ਆਪਣੀ ਵਾਈਫ ਨਾਲ ਸੈਰ ਕਰਨ ਗਏ ਨੂੰ ਇਹਨਾਂ ਨੇ ਨਿਹੱਥੇ ਨੂੰ ਅੰਦਰ ਵਾੜ ਕੇ, ਇਹਨਾਂ ਨੇ ਸੱਟਾਂ ਮਾਰੀਆਂ ਘਰ ਦੇ ਅੰਦਰ ਵਾੜ ਕੇ ਨਜਾਇਜ਼ ਇਹਨਾਂ ਨੇ ਕੀਤੀ ਆ। ਬੱਚੇ ਨੇ ਦਵਾਈ ਲੈਣ ਗਏ ਇਹਨੂੰ ਵਿਚਾਰੇ ਨੂੰ, ਨਜਾਇਜ਼ ਇਹਨਾਂ ਨੇ ਆਪਣੇ ਘਰ ਦੇ ਅੰਦਰ ਵਾੜ ਗਏ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਦਿੱਤਾ ਵਾ। ਇਹੀ ਦੱਸੋ ਆਪਾਂ ਉਨੀ ਚਿਰ ਸੰਸਕਾਰ ਨਹੀਂ ਕਰਨਾ ਜਿੰਨੀ ਚਿਰ ਸਾਡੇ ਭਰਾ ਦਾ ਕਾਤਲ ਨਹੀਂ ਫੜੇ ਜਾਂਦੇ। ਇੱਕ ਸੋਨੂ ਹੈ, ਇੱਕ ਅਜੇ ਹੈ, ਇੱਕ ਸੰਨੀ ਹੈ, ਇੱਕ ਨਾਲ ਉਹਦੇ ਜਿਹਦੇ ਘਰ ਦੇ ਅੰਦਰ ਵਾੜਿਆ ਮੱਲੀ, ਤੇ ਨਾਲ ਹੋਰ ਉਹਨਾਂ ਦੇ ਅਣਪਛਾਤੇ 5-7 ਬੰਦੇ ਆ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ। ਜਿਹਨਾਂ ਵਿਅਕਤੀਆਂ ਤੁਸੀਂ ਨਾਮ ਲੈ ਰਹੇ ਹੋ ਕਰਦੇ ਕੀ ਜੀ, ਕੌਣ ਆ ਜੀ ਇਹ? ਚਿੱਟੇ ਦਾ ਕਾਰੋਬਾਰ ਆ ਜੀ ਮੱਲੀ ਦਾ। ਅੱਛਾ ਜੀ। ਤੇ ਨਾਲ ਜਿਹੜੇ ਉਹਦੇ ਥੱਲੇ ਆ ਸੋਨੂ ਆ, ਇਹ ਸਾਰੇ ਵੇਚਦੇ ਆ ਉਹਦੇ ਥੱਲੇ ਲੱਗ ਕੇ। ਸਪਲਾਇਰ ਰੱਖੇ ਹੋਏ ਉਹਨੇ ਨਿੱਕੇ ਮੋਟੇ ਜਿੰਨੇ ਵੀ ਆ ਜਾਂ ਮੱਲੀ ਨੇ। ਜਿੰਨੀ ਚਿਰ ਸਾਡੇ ਭਰਾ ਦਾ ਸੰਸਕਾਰ ਆਪਾਂ ਉਨੀ ਚਿਰ ਨਹੀਂ ਜੀ ਕਰਨਾ ਜਿੰਨੀ ਚਿਰ ਕਾਤਲ ਹੀ ਫੜੇ ਜਾਂਦੇ ਜਿਨ੍ਹਾਂ ਦੇ ਮੈਂ ਨਾਮ ਲਏ ਆ। ਪਰ ਕਿਤੇ ਨਾ ਕਿਤੇ ਕਿਵੇਂ ਦੇਖਦੇ ਹੋ ਭਰੇ ਬਾਜ਼ਾਰ ਦੇ ਵਿੱਚ ਇੱਕ ਫੈਮਿਲੀ ਦੇ ਨਾਲ ਇਦਾਂ ਦੀ ਜਿਹੜੀ ਹੈ ਮਿਸਅੰਡਰਸਟੈਂਡਿੰਗ ਹੋਈ ਹੈ? ਜਿਨ੍ਹਾਂ ਇਹ ਪ੍ਰਸ਼ਾਸਨ ਹੈ, ਇਹ ਪ੍ਰਸ਼ਾਸਨ ਦੀ ਜੋ ਵੀ ਹੈ, ਪ੍ਰਸ਼ਾਸਨ ਦੀ ਇੱਥੇ ਥਾਣੇ ਦੇ ਹੱਥ 'ਚ ਪ੍ਰਸ਼ਾਸਨ ਦਾ ਨਾਕਾ ਕਿੰਨੀ ਕੁ ਦੂਰ ਲੱਗਾ ਹੁੰਦਾ ਜੀ ਕਿਤੇ, ਜੇ ਜਮੇ 10 ਕੁ ਪਗ ਪੈਰ ਗਾਂਹ ਜਾਓ ਅਤੇ ਨਾਕਾ ਲੱਗਾ ਹੁੰਦਾ ਉੱਥੇ। ਠੀਕ ਆ ਜੀ। ਅਤੇ ਪੁਲਿਸ ਕਿੰਨੀ ਕੁ ਦੂਰ ਸੀ ਕਿਤੇ? ਪੁਲਿਸ ਲੱਗ ਗਈ ਸੀਗਾ, 5 ਮਿੰਟ ਦਾ ਰਾਹ ਵੀ ਨਹੀਂ ਸੀਗਾ ਜਿੱਥੋਂ 5 ਨੰਬਰ ਥਾਣਾ ਲੱਗਦਾ ਜੀ।